ਸਾਰਾ ਕੁਝ ਮੈਂ ਆਪਣੀ ਜ਼ਿੰਦਗੀ ਦਾ ਵੇਚ ਬੂਚ ਕੇ ਕਾਰੋਬਾਰ ਸ਼ੁਰੂ ਕੀਤਾ। ਕਾਰੋਬਾਰ ਇਸ ਤਰ੍ਹਾਂ ਤੇ ਲੋਕਾਂ ਦੇ ਦਿਮਾਗਾਂ ਨੂੰ ਪਤਾ ਨਹੀਂ ਕੀ ਹੋ ਗਿਆ, ਕੋਈ ਸ਼ੈ ਪਸੰਦ ਹੀ ਨਹੀਂ ਆਉਂਦੀ। ਦੇਖ ਕਾਕਾ ਸ਼ੇਖ ਸਾਹਿਬ, ਗੱਲ ਇਹ ਆ ਕਿ ਇਹ ਜਿਹੜਾ ਕਾਰੋਬਾਰ ਹੈ ਨਾ, ਇਹ ਕਾਰੋਬਾਰ ਇਸੇ ਤਰ੍ਹਾਂ ਹੀ ਕਰੀਦੇ ਆ। ਇਹ ਆਹਿਸਤਾ ਆਹਿਸਤਾ ਹਰ ਬੰਦਾ ਹੀ ਇਸੇ ਤਰ੍ਹਾਂ ਹੀ ਆਇਆ। ਕੋਈ ਦੁਕਾਨ ਵੇਚ ਕੇ ਆਇਆ, ਕੋਈ ਘਰ ਵੇਚ ਕੇ ਆਇਆ, ਕੋਈ ਆਪਣੀਆਂ ਪੁਰਾਣੀਆਂ ਉਹਨਾਂ ਦੇ ਬਾਪ ਦਾਦੇ ਦੀਆਂ ਜਾਇਦਾਦਾਂ ਵੇਚ ਗਿਆ, ਅਤੇ ਫਿਰ ਹੀ ਜਾ ਕੇ ਕਾਰੋਬਾਰ ਕੀਤਾ ਜਾਂਦਾ। ਤੁਸੀਂ ਖਫਾ ਹੋ ਗਏ ਇੱਕ ਦਿਨ ਦੇ ਵਿੱਚ, ਮਾਸ਼ਾਅੱਲਾ ਹਾਲੇ ਤਾਂ ਨਵਾਂ ਨਵਾਂ ਕਾਰੋਬਾਰ ਤੁਸੀਂ ਸ਼ੁਰੂ ਕੀਤਾ ਜੇ। ਅਤੇ ਦੂਸਰਾ ਇਹ ਦੇਖੋ ਨਾ ਕਿ ਜਦੋਂ ਤੁਹਾਡੇ ਕੋਲ ਗਾਹਕ ਨਹੀਂ ਆਉਣਾ ਵਾ, ਤੁਸੀਂ ਉਹਨੂੰ ਮੁਹੱਬਤ ਨਾਲ ਵੀ ਸਮਝਾਉਣਾ ਵਾ, ਲੇਕਿਨ ਇੰਝ ਨਹੀਂ ਖਫਾ ਹੋ ਕੇ ਕਿ ਤੁਸੀਂ ਕਾਰੋਬਾਰ ਹੀ ਬੰਦ ਕਰ ਦਿਓ, ਕਹੋ ਮੈਂ ਕਾਰੋਬਾਰ ਹੀ ਨਹੀਂ ਕਰਨਾ। ਇਹਦੇ 'ਚ ਤੈਨੂੰ ਬਹੁਤ ਸਾਰਾ ਹੌਸਲਾ ਕਰਨਾ ਪੈਣਾ, ਇਹਦੇ 'ਚ ਅੱਛੇ ਗਾਹਕ ਵੀ ਆਉਣਗੇ। ਅੱਛੇ ਗਾਹਕ ਕਦੋਂ ਆਉਣਗੇ? ਮੇਰੀ ਜ਼ਿੰਦਗੀ 'ਚ ਤਾਂ ਮੈਨੂੰ ਨਹੀਂ ਲੱਗਦਾ ਮੈਂ ਅੱਛੇ ਗਾਹਕ ਦੇਖੂੰਗਾ। ਮੈਂ ਜਦੋਂ ਦੀ ਦੁਕਾਨ ਪਾਈ ਆ, ਪਹਿਲੇ ਗਾਹਕ ਤੋਂ ਲੱਗਦਾ ਆਖਰੀ ਗਾਹਕ ਮੇਰੇ ਕੋਲ ਉਹ ਆਇਆ ਕਿ ਉਹਨੂੰ ਕੁਛ ਹੈ ਹੀ ਨਹੀਂ ਪਸੰਦ ਆਉਣ ਦੇ। ਓਹੋ, ਤੁਸੀਂ ਬਹੁਤ ਦਿਲ ਛੋਟਾ ਕਰ ਲਿਆ ਵਾ। ਦੇਖੋ, ਅਸੀਂ ਇਹ ਦੁਕਾਨ ਬਣਾਈ ਆ ਸਾਡੀ ਰੇਲ ਬਾਜ਼ਾਰ 'ਚ, ਅਲਫੈਸਲ ਸਿਲਕ ਹੋ ਸਾਡਾ ਇੱਕ ਨਾਮ ਆ, ਔਰ ਫਿਰ ਸਾਡਾ ਇੱਕ ਮੁਕਾਮ ਆ। ਦੇਖੋ ਮਾਸ਼ਾਅੱਲਾ, ਤੁਸੀਂ ਵੀ ਅੱਜ ਸ਼ੁਰੂ ਹੋਏ ਹੋ, ਇਸੇ ਤਰ੍ਹਾਂ ਹਰ ਬੰਦਾ, ਅਸੀਂ ਵੀ ਇੱਦਾਂ ਹੀ ਸ਼ੁਰੂ ਹੋਏ ਹਾਂ। ਇਹ ਆਹਿਸਤਾ 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 ਆਹਿਸਤਾ, ਫਿਰ ਅੱਲਾਹ ਪਾਕ ਦੀ ਰਹੀਮੀ, ਫਿਰ ਅੱਲਾਹ ਪਾਕ ਦੀ ਕਰੀਮੀ, ਫਿਰ ਬੰਦਾ ਕਿਸੇ ਮੁਕਾਮ 'ਤੇ ਪਹੁੰਚਦਾ। ਅਤੇ ਤੁਸੀਂ ਦਿਲ ਨਹੀਂ ਛੋਟਾ ਕਰਨਾ, ਤੁਸੀਂ ਕਾਰੋਬਾਰ ਅੱਛੇ ਤਰੀਕੇ ਨਾਲ ਕਰਨਾ, ਔਰ ਆਪਣੀ ਦੁਕਾਨਦਾਰੀ ਖੋਲ੍ਹੋ, ਆਪਣੇ ਬੰਦਿਆਂ ਨੂੰ ਅੱਛੇ ਤਰੀਕੇ ਨਾਲ ਮੈਨੇਜ ਕਰੋ, ਗਾਹਕ ਤੁਹਾਡੇ ਕੋਲ ਆਉਣ, ਗਾਹਕਾਂ ਦਾ ਖਿਆਲ ਕਰੋ, ਗਾਹਕਾਂ ਦੇ ਨਾਲ ਚੱਲੋ, ਗਾਹਕਾਂ ਦੇ ਮੁਤਾਬਕ ਉਹਨਾਂ ਨੂੰ ਪਾਣੀ ਸ਼ਾਣੀ ਪੁੱਛਿਆ ਕਰੋ, ਉਹਨਾਂ ਦੀ ਰਿਸਪੈਕਟ। ਹਾਂ, ਇਹ ਚੀਜ਼ਾਂ ਧਿਆਨ ਕਰਨਾ ਤੁਸੀਂ। ਅੱਛਾ, ਇੱਦਾਂ ਨਹੀਂ ਹੋ ਸਕਦਾ ਕਿ ਗਾਹਕ ਤੁਹਾਡੇ ਕੋਲ ਸੂਟ ਲੈਣ ਵਾਸਤੇ ਆਵੇ, ਅਤੇ ਤੁਸੀਂ ਜਦੋਂ ਉਹਨੂੰ ਸੂਟ ਪਸੰਦ ਆ ਜਾਵੇ, ਤੁਸੀਂ ਉਹਨੂੰ ਕਹਿ ਦਿਓ ਕਿ ਮੇਰੇ ਕੋਲ ਜਾ ਕੇ ਲੈ ਲਾ। ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਤੁਹਾਡੀ ਦੁਕਾਨਦਾਰੀ ਆਪਣੀ ਆ, ਸਾਡੀ ਦੁਕਾਨਦਾਰੀ ਆਪਣੀ ਆ, ਤੁਹਾਡੀ ਨਵੀਂ ਨਵੀਂ ਦੁਕਾਨਦਾਰੀ ਆ, ਤੁਹਾਡਾ ਤਾਂ ਹੱਕ ਬਣਦਾ ਕਿ ਗਾਹਕ ਨੂੰ ਸੂਟ ਵੀ ਦਿਓ, ਨਾਲ ਉਹਨੂੰ ਕਮ ਅਜ਼ ਕਮ ਹੋਰ ਕੁਝ ਨਹੀਂ ਤੇ ਇੱਕ ਕੱਪ ਚਾਹ ਦਾ ਵੀ ਪਿਲਾਓ, ਅੱਛਾ ਜੀ, ਜੂਸ ਵੀ ਪਿਲਾਓ ਗਾਹਕ ਨੂੰ। ਹਾਂ, ਫਿਰ ਹੀ ਗਾਹਕ ਸੈੱਟ ਹੁੰਦਾ। ਗਾਹਕ ਜਿਹੜਾ ਮੈਨੂੰ ਹੁਣ ਕੋਈ ਸ਼ਾਇਦ ਪਸੰਦ ਨਹੀਂ ਆਉਣ ਡਈ, ਇਹ ਮੇਰਾ ਤਾਂ ਮਤਲਬ ਜੂਸ ਪੀ ਪੀ ਨਾ ਜਾਈ ਜਾਣ ਮੇਰੇ ਤੋਂ। ਇੱਦਾਂ ਵੀ ਹੋ ਜਾਂਦਾ ਬਾਅਦ ਘਰ ਆਈਸਕ੍ਰੀਮ ਖਾ ਕੇ ਵੀ ਚਲੇ ਜਾਂਦੇ ਅਗਲੇ, ਫਿਰ ਦੁਬਾਰਾ ਆਉਂਦੇ ਨੇ ਸਾਡੇ ਕੋਲ। ਨਹੀਂ, ਦਿਲ ਨਹੀਂ ਛੋਟਾ ਕਰਨਾ। ਮੈਂ ਇਹਦਾ ਮਤਲਬ ਪਹਿਲੇ ਅਗਲਾ ਜਦੋਂ ਸੂਟ ਲੈ ਲਵੇ ਨਾ, ਤਾਂ ਮੈਂ ਜੂਸ ਮੰਗਾਉਣਾ ਹੀ ਉਦੋਂ। ਹਾਂ, ਬਿਸਮਿਲਲਾ ਕਰਕੇ ਦੁਕਾਨ ਖੋਲ੍ਹ ਆਪਣੀ, ਅੱਲਾਹ ਕਰਕੇ ਸ਼ੇਖ ਸਾਹਿਬ ਇਨਸ਼ਾਅੱਲਾ ਤੁਹਾਨੂੰ ਤਰੱਕੀਆਂ ਹੋ ਜਾਣਗੀਆਂ। ਬਸ ਠੀਕ ਆ ਜੀ, ਅੱਜ ਮੈਂ ਦੁਕਾਨ ਖੋਲ੍ਹਾਂਗਾ, ਅਤੇ ਸਾਰਾ ਕੁਝ ਭੁੱਲ ਕੇ ਜਿਹੜਾ ਮੈਂ ਮਕਾਨ ਵੇਚਿਆ ਉਹ ਮੈਂ ਜ਼ਿਹਨ 'ਚੋਂ ਕੱਢਾਂਗਾ ਪਹਿਲੇ, ਕਿਉਂਕਿ ਜਦੋਂ ਮੇਰੇ ਜ਼ਿਹਨ 'ਚ ਉਹ ਆਉਂਦਾ ਨਾ, ਫਿਰ ਮੈਨੂੰ ਗਾਹਕ ਤਾਂ ਬਹੁਤਾ ਗੁੱਸਾ ਚੜਦਾ। ਨਾ ਨਾ ਨਾ, ਇਹ ਨਹੀਂ ਘਬਰਾਉਣਾ, ਮਕਾਨ ਵੀ ਬਣ ਜਾਣਾ ਦੁਕਾਨ ਤੋਂ। ਅੱਛਾ ਜੀ, ਤੇਰੀ ਹਰ ਗੱਡੀ ਵੀ ਬਣ ਜਾਣੀ, ਤੇਰੀ ਹਰ ਚੀਜ਼ ਬਣ ਜਾਣੀ, ਪਰ ਇਹਨਾਂ ਚੀਜ਼ਾਂ ਦੁਕਾਨਾਂ ਤੋਂ ਬਣਦੀਆਂ, ਘਰਾਂ 'ਚੋਂ ਨਹੀਂ ਬਣਦੀਆਂ। ਬਸ ਠੀਕ ਆ, ਮੈਂ ਹੁਣ ਪਹਿਲੇ ਵੇਚ ਲਿਆ ਨਾ, ਹੁਣ ਹੁਣ ਦਿਲ ਵੱਡਾ ਕਰ ਲਓ, ਹੁਣ ਨਹੀਂ ਟੈਨਸ਼ਨ ਲੈ। ਮੈਂ ਜਿੱਦਾਂ ਜਿੱਦਾਂ ਸੂਟ ਵੇਚਣੇ, ਨਾਲੋ ਨਾਲ ਇੱਟਾਂ ਲਈ ਆਉਣੀਆਂ, ਤਾਂ ਕਿ ਮਕਾਨ ਆਪਣਾ ਤਾਜ਼ਾ ਸੱਜਰਾ ਨਾਲ ਹੀ ਬਣਾਵਾਂਗੇ। ਬਸ ਬਸ, ਰੋਜ਼ ਰੋਜ਼ ਇੱਟਾਂ ਲੈ ਗਿਆ, ਬਸ ਠੀਕ, ਘਰ ਤੇਰਾ ਬਣ ਜਾਣਾ। ਅੱਜ ਹੀ ਮੈਂ ਜਾ ਕੇ ਗਾਹਕਾਂ ਦੀ ਇੱਜ਼ਤ ਸ਼ੁਰੂ ਕਰਾਂਗਾ। ਠੀਕ ਆ ਜੀ, ਓਕੇ। ਬਿਸਮਿਲਲਾਹਿਰਰਹਿਮਾਨਿਰਰਹੀਮ, ਯਾ ਅੱਲਾ, ਕੁੱਲ ਦਾ ਭਲਾ ਅਤੇ ਕੁੱਲ ਦੀ ਖੈਰ। ਲੈ ਵੀ ਅੱਜ ਬਿਸਮਿਲਲਾ ਪੜ੍ਹ ਕੇ ਜਿਹੜਾ ਵੀ ਗਾਹਕ ਆਏਗਾ ਉਹਦੀ ਇੱਜ਼ਤ ਵੀ ਹੋਏਗੀ, ਉਹਦੀ ਖਿਦਮਤ ਵੀ ਹੋਏਗੀ, ਉਹਨੂੰ ਚਾਹ ਵੀ ਪਿਲਾਉਣੀ ਆ। ਮੈਂ ਅੱਜ ਫੈਸਲਾ ਕਰਕੇ ਆਇਆ ਵਾਂ ਕਿ ਜਿਹੜਾ ਵੀ ਗਾਹਕ ਇੱਥੇ ਮੇਰੇ ਕੋਲ ਆਉਣਾ ਵਾ, ਉਹਨੂੰ ਚਾਹ ਵੀ ਪਿਲਾਉਣੀ, ਉਹਨੂੰ ਜੂਸ ਵੀ ਪਿਲਾਉਣਾ, ਗੁੱਸਾ ਨਹੀਂ ਕਰਨਾ। ਜਿਹੜਾ ਮਕਾਨ ਵੇਚਿਆ ਉਹ ਜ਼ਿਹਨ 'ਚੋਂ ਕੱਢਣਾ ਵਾ, ਉਹਦੀ ਵਜ੍ਹਾ ਨਾਲ ਮੈਨੂੰ ਗੁੱਸਾ ਚੜ੍ਹਦਾ। ਜਿਹੜਾ ਵੀ ਗਾਹਕ ਆਏਗਾ ਹੁਣ ਇੱਜ਼ਤ ਪਾ ਕੇ ਜਾਏਗਾ ਇੱਥੋਂ। ਬਿਸਮਿਲਲਾ ਬਿਸਮਿਲਲਾ, ਵਾਲੇਕੁਮ ਸਲਾਮ ਜੀ, ਕੀ ਹਾਲ ਹੈ ਜੀ? ਪਹਿਲੇ ਚਾਹ ਜਾਂ ਜੂਸ? ਜੂਸ ਜੂਸ ਜੂਸ। ਤੁਸੀਂ ਮੈਨੂੰ ਲੱਗਦਾ ਮਕਾਨ ਵੇਚ ਕੇ ਆਏ ਹੋ। ਮੁੰਡਿਆ, ਪਹਿਲੇ ਜੂਸ ਲੈ ਕੇ ਆ ਪੁੱਤਰ, ਜੂਸ ਲੈ ਕੇ ਆ, ਜੂਸ। ਇੰਨੀ ਛੇਤੀ ਲਿਆ, ਕਿਸੇ ਦੇ ਕੋਲ ਚੁੱਕ ਕੇ ਤਾਂ ਨਹੀਂ ਲਿਆ? ਪਲੀਜ਼ ਜੂਸ। ਹੁਣ ਮੈਨੂੰ ਦੱਸੋ ਕਿਸ ਤਰ੍ਹਾਂ ਦਾ ਕੱਪੜਾ ਪਸੰਦ ਕਰਦੇ ਹੋ? ਡਾਰਕ ਸ਼ੇਡ। ਡਾਰਕ ਸ਼ੇਡ, ਡਾਰਕ ਸ਼ੇਡ ਪੁੱਤਰ, ਡਾਰਕ ਸ਼ੇਡ, ਬਿਲਕੁਲ ਡਾਰਕ ਡਾਰਕ ਸ਼ੇਡ ਸਰ। ਬਲੈਕ ਡਾਰਕ ਨਹੀਂ, ਇਹ ਨਹੀਂ, ਇਹ ਵੀ ਨਹੀਂ, ਇਹ ਮਜ਼ੀਦ ਇਸ ਤੋਂ ਅੱਗੇ ਡਾਰਕ ਕੋਈ ਨਹੀਂ, ਕਿਉਂਕਿ ਬਲੈਕ ਬਲੈਕ ਨਹੀਂ ਲੈਣਾ, ਬਲੈਕ ਨਹੀਂ ਲੈਣਾ, ਡਾਰਕ ਸ਼ੇਡ, ਡਾਰਕ ਸ਼ੇਡ। ਤੇ ਜਿਹਦੇ ਨਾਲ ਤੁਸੀਂ ਪਾਏ ਉਹਦੇ ਨਾਲ ਦਾ ਕਲਰ ਦੇ, ਇਹ ਮੈਂ ਦੇ ਦਿੰਦਾ ਤੁਹਾਨੂੰ। ਮੈਂ ਨਹੀਂ, ਮੇਰਾ ਪੂਰਾ ਨਹੀਂ ਆਉਣਾ। ਅੱਛਾ, ਤੁਹਾਡੇ ਪੂਰਾ ਨਹੀਂ ਆਉਣਾ, ਸਲਾਈਆਂ ਖੋਲ੍ਹ ਕੇ ਪਾ ਲਓ। ਨਹੀਂ, ਤੁਸੀਂ ਨਵਾਂ ਦਿਓ ਸਾਨੂੰ, ਪੁਰਾਣਾ ਲੈਣਾ ਸੀ। ਇਹਦੇ ਨਾਲ ਦਾ ਪੁੱਤਰ ਹੈ, ਕਿਉਂਕਿ ਮੈਂ ਤੇ ਉਹ ਇਹ ਟੋਕਾ ਵਾਲਾ ਸੂਟ ਸੀ, ਮੈਂ ਤਾਂ ਸਵਾ ਲਿਆ, ਇਹ ਆਖਰੀ ਸੀ ਸਰ, ਹੋਰ ਕੋ ਪਸੰਦ ਕਰ ਲਓ। ਕੈਮਲ ਸ਼ੇਡ ਦਿਖਾਓ। ਕੈਮਲ ਸ਼ੇਡ ਪੁੱਤਰ, ਕੈਮਲ ਸ਼ੇਡ, ਕੈਮਲ ਸ਼ੇਡ ਆ ਗਈ, ਕੈਮਲ ਸ਼ੇਡ, ਇਹ ਲਾਈਟ ਤੇ ਇਹ ਡਾਰਕ। ਇਸ ਤੋਂ ਅੱਛਾ ਦਿਖਾਓ।
ਪੁੱਤਰ ਆ ਜੂਸ ਇੱਕ ਗਲਾਸ ਮੈਨੂੰ ਵੀ ਲਿਆ ਕੇ ਦਿਓ ਕਿਹੜੀ ਕੰਪਨੀ ਹੈ ਜੀ ਇਹ ਗ੍ਰੇਸ ਦੀ ਕੰਪਨੀ ਹੈ ਜੀ ਇਹ ਬਹੁਤ ਖੂਬਸੂਰਤ ਔਰ ਦੇਖੋ ਤੁਸੀਂ ਹੱਥ 'ਚ ਤਾਂ ਫੜ ਕੇ ਵੇਖੋ ਨਾ ਇਹ ਕਰਾਚੀ ਦੀ ਵਰਾਇਟੀ ਹੈ ਇਹ ਮਾੜੀ ਤੜੀ ਵਰਾਇਟੀ ਨਹੀਂ ਸਾਨੂੰ ਚੀਫ ਵਾਲਾ ਦਿਓ ਤੁਸੀਂ ਗ੍ਰੇਸ ਦਾ ਨਹੀਂ ਲੈਣਾ ਇਹ ਦੇਖੋ ਇਹ ਜਿਹੜਾ ਮੈਂ ਸੂਟ ਪਾਇਆ ਨਾ ਉਹਦੇ ਵਿੱਚ ਇਹ ਰੰਗ ਨਹੀਂ ਜੀ ਇਹ ਨਹੀਂ ਕਲਰ ਆਹ ਦਿਖਾਓ ਕਿਹੜਾ ਆਹ ਗ੍ਰੇ ਵਾਲਾ ਮੁੰਡਿਆ ਸੋਟੀ ਦੇ ਇਹਨਾਂ ਨੂੰ ਤਾਂ ਕਿ ਸਿੱਧਾ ਮੈਨੂੰ ਪਤਾ ਲੱਗੇ ਕਿਹੜਾ ਕਹਿਣ ਡਿਆ ਆਹ ਗ੍ਰੇ ਵਾਲਾ ਤੁਸੀਂ ਸੂਟ ਆ ਤੁਹਾਨੂੰ ਕੋਟ ਦਾ ਕੱਪੜਾ ਦਿਖਾਓ ਜਿਸ ਬੰਦੇ ਨੂੰ ਮੈਂ ਮਕਾਨ ਵੇਚਿਆ ਉਹਦਾ ਨੰਬਰ ਹੈ ਤੇਰੇ ਕੋਲ ਉਹ ਦੇਖ ਤੇ ਜ਼ਿੰਦਾ ਵਾ ਉਹਦੇ ਨਾਲ ਮਾੜੀ ਜੀ ਗੱਲ ਚਲਾ ਪੁੱਤਰ ਜੂਸ ਕਿੰਨੇ ਦਾ ਲਿਆ 130 ਦਾ ਜੀ ਤੁਸੀਂ ਇਸ ਤਰ੍ਹਾਂ ਕਰਨਾ ਸੂਟ ਰਹਿਣ ਦਿਓ ਬਾਹਰ ਰੇੜੀ ਵਾਲਾ ਖਲੋਤਾ ਵਾ 130 ਦਾ ਉਹਦੇ ਕੋਲ ਜੂਸ ਲੈ ਕੇ ਆਂਦਾ ਤਾਂ ਜੀ 20 ਮੇਰੇ ਵੀ 20 ਉਹਦੇ ਵੀ ਆ 150 ਰੁਪਏ ਉਹਨੂੰ ਦੇ ਕੇ ਜਾਣਾ ਮੁੰਡੇ ਨੂੰ ਤੁਸੀਂ ਮੰਗਵਾਏ ਨੇ ਭਾਜਨ ਮੈਂ ਤੇ ਮੰਗਵਾਏ ਸੀ ਤੁਸੀਂ ਸੂਟ ਲੈਣ ਆਏ ਹੋ ਮੈਂ ਕੋਈ ਚੰਗੀ ਚੀਜ਼ ਨਹੀਂ ਕੋਈ ਨਹੀਂ ਹੈ ਮੈਂ ਤੁਹਾਡੀ ਓਨਰ ਕੀਤੀ ਆ ਓਨਰ ਦੇ ਵਿੱਚ ਮੈਂ ਚੰਗੀ ਚੀਜ਼ ਦਿਖਾਓ ਨਾ ਤੁਸੀਂ ਹਲਕੀਆਂ ਦਿਖਾਈ ਜਾ ਰਹੇ ਮੈਂ ਤੁਹਾਨੂੰ ਸਾਰਿਆਂ ਨੂੰ ਚੰਗੀ ਦਿਖਾ ਦਿੱਤੀ ਭਾਜਨ ਨਹੀਂ ਇਹ ਕਿਹੜੀ ਸਾਰਿਆਂ ਨੂੰ ਚੰਗੀ ਆ ਜੀ ਚੰਗੀ ਦਿਖਾਓ ਕੋਈ ਚਲੋ ਆਇਆ ਨਹੀਂ ਤੁਸੀਂ ਆਹ ਦੇਖ ਲਓ ਆਹ ਤਾਂ ਚੰਗੀ ਹੈ ਵੀ ਉਹਦੇ ਨਾਲ ਦਾ ਕੋਈ ਹੋਰ ਦਿਖਾਓ ਇਹ ਦੇਖ ਲਓ ਆ ਉਹਦੇ ਨਾਲੋਂ ਅੱਛਾ ਵਾ ਨਹੀਂ ਜੀ ਨਹੀਂ ਇਹ ਨਹੀਂ ਇਹ ਉਹਦੇ ਨਾਲੋਂ ਅੱਛਾ ਬਿਲਕੁਲ ਇਹ ਦੇਖੋ ਕਿੰਨੀ ਖੂਬਸੂਰਤ ਚੱਲ ਨਹੀਂ ਅਸੀਂ ਨਹੀਂ ਲੈਣਾ ਜੀ ਤੁਹਾਨੂੰ ਉਮੀਦ ਨਹੀਂ ਹੈ ਗੱਲ ਕਰਨੀ ਅਸੀਂ ਨਾ ਤੁਸੀਂ ਜੂਸ ਦੇ ਪੈਸੇ ਮੰਗੇ ਜਾ ਰਹੇ ਸਾਡੇ ਕੋਲ ਚਲੋ 8000 ਅਸੀਂ ਨਹੀਂ ਜਾਣਾ ਸੂਟ ਜੂਸ ਦੇ ਪੈਸੇ ਤੁਸੀਂ ਨਹੀਂ ਦੇਣੇ ਨਹੀਂ ਦੇਣੇ ਪੁੱਤਰ ਉਹ ਬੰਦਾ ਕਿੱਥੇ ਆ ਜਿਹਨੂੰ ਮੈਂ ਮਕਾਨ ਵੇਚਿਆ ਫੋਨ ਮਿਲਾ ਦੇ ਮਿਲਦਾ ਨੇ ਪਿਆ ਨੰਬਰ ਉਹਦਾ ਨੰਬਰ ਮਿਲਾ ਉਹਦਾ ਨੰਬਰ ਮਿਲਾ ਕੋਈ ਤਾਂ ਪੈਸੇ ਥੋੜੇ ਜਿਹਾ ਘਟੇ ਹੋਣੇ ਮੈਂ ਵਾਪਸ ਲਵਾਂ ਉਹਦੇ ਕੋਲੋਂ ਤੁਸੀਂ ਕੋ ਪਸੰਦ ਨਹੀਂ ਆਉਂਦੀ ਕੋਈ ਸ਼ਾਇ ਇਹਨਾਂ ਨੂੰ ਅੱਜ ਕਿਉਂ ਕੀ ਗੱਲ ਅੱਜ ਉਹ ਵੀ ਗੱਲਾਂ ਸਾਰੀਆਂ ਝੂਠੀਆਂ ਹੋ ਗਈਆਂ ਕਿ ਜਿਹੜਾ ਗਾਹਕ ਨੂੰ ਚਾਹ ਔਰ ਜੂਸ ਪਾਓ ਫੇਰ ਗਾਹਕ ਮਾੜਾ ਜਿਹਾ ਨਰਮ ਹੋ ਜਾਂਦਾ ਵਾ ਆ ਚੰਗਾ ਭਲਾ ਜੂਸ ਪੀਤਾ ਫੇਰ ਕੋਈ ਸ਼ਾਇ ਨੂੰ ਪਸੰਦ ਆਈ ਉਹਨੂੰ ਹੁਣ ਜਿਹੜਾ ਵੀ ਗਾਹਕ ਆਵੇ ਉਹਦੀ ਉਂਗਲ ਲਵਾ ਦੇਣੀ ਰੰਗ ਨੂੰ ਜਿਹੜਾ ਉਹਨੇ ਲੈਣਾ ਉਹਨੂੰ ਪਸੰਦ ਹੋਵੇ ਤੇ ਖੋਲਣਾ ਨਹੀਂ ਤੇ ਨਹੀਂ ਖੋਲਣਾ ਆ ਜਿਹੜੇ ਥਾਨ ਖੋਲੇ ਨੇ ਨਾ ਇਹ ਹੁਣ ਲਵੇਟਣੇ ਨਹੀਂ ਜਿਹੜਾ ਗਾਹਕ ਆਵੇ ਉਹਨੂੰ ਦਿਖਾ ਕੇ ਫੇਰ ਲਵੇਟਣੇ ਆ ਤਾਂ ਕਿ ਸਾਡੀ ਮਿਹਨਤ ਬਚੇ ਉਹ ਲੇਟ ਕਿਉਂ ਹੋਇਆ ਤੂੰ ਹੈ ਚੰਗਾ ਕੀਤਾ ਤੂੰ ਲੇਟ ਹੋ ਗਿਆ ਪੁੱਤ ਤੂੰ ਜਲਦੀ ਆ ਜਾਂਦਾ ਇੱਥੇ ਕਿਹੜਾ ਕੋਈ ਕੰਮ ਤੇ ਕੜਕ ਚੜੇ ਪਏ ਅਸੀਂ ਲਵੇਟਣੇ ਨੇ ਪੁੱਤਰ ਹੁਣ ਅੱਜ ਤੋਂ ਬਾਅਦ ਇਹ ਰੂਲ ਆਪਣੇ ਜ਼ਿਹਨ 'ਚ ਰੱਖਣਾ ਵਾ ਇਹ ਪਹਿਲੇ ਜਿਹੜੇ ਖੁੱਲੇ ਨੇ ਨਾ ਇਹ ਗਾਹਕ ਨੂੰ ਉਹ ਦਿਖਾਉਣੇ ਨੇ ਫਿਰ ਉਹਨਾਂ ਨੂੰ ਅਗਲੇ ਨਵੇਂ ਦਿਖਾਉਣੇ ਨੇ ਗਾਹਕ ਆ ਗਿਆ ਮਾਸ਼ਾਅੱਲਾ ਅਸਲਾਮ ਵਾਲੇਕੁਮ ਜੀ ਮਾਸ਼ਾਅੱਲਾ ਵਾਲੇਕੁਮ ਸਲਾਮ ਜੀ ਕੱਪੜੇ ਚਾਹੀਦੇ ਸਨ ਜੀ ਚਾਹੀਦੇ ਨੇ ਹਾਂਜੀ ਹਾਂਜੀ ਠੀਕ ਹੈ ਸਰ ਕਿਸ ਤਰ੍ਹਾਂ ਦਾ ਪਸੰਦ ਕਰਦੇ ਹੋ ਕੱਪੜਾ ਇਹ ਵੇਖੋ ਪਹਿਲੇ ਨਹੀਂ ਨਹੀਂ ਇਹ ਤਾਂ ਪਹਿਲੇ ਖੁੱਲੇ ਆ ਕੋਈ ਨਵਾਂ ਦਿਖਾਓ ਪੀਸ ਅੱਛਾ ਪੁੱਤਰ ਇਹ ਜਿਹੜੇ ਪਹਿਲੇ ਖੁੱਲੇ ਹੋਏ ਨਾ ਮੈਨੂੰ ਲੱਗਦਾ ਉਹ ਨਹੀਂ ਇਹਨਾਂ ਨੂੰ ਪਸੰਦ ਆਉਣੇ ਇਹਨਾਂ ਨੂੰ ਜ਼ਿਆਦਾ ਚਿੱਟਾ ਰੰਗ ਤੇ ਕਰੀਮ ਰੰਗ ਦਿਖਾਓ ਆਪਣੇ ਵਾਸਤੇ ਲੈਣਾ ਜੀ ਨਹੀਂ ਜੀ ਅੱਲਾ ਵਾਸਤੇ ਅੱਲਾ ਵਾਸਤੇ ਲੈਣਾ ਫੈਕਟਰੀ ਉੱਤੇ ਮਜ਼ਦੂਰਾਂ ਨੂੰ ਤਕਸੀਮ ਕਰਨੇ ਆ ਅੱਛਾ ਮਜ਼ਦੂਰਾਂ ਨੂੰ ਫੈਕਟਰੀ ਪੁੱਤ ਮੈਨੂੰ ਲੱਗਦਾ ਸਾਰੇ ਸੂਟ ਐਪ ਸੰਦ ਕਰੋ ਜੀ ਕਰੀਮ ਕਲਰ ਇਹ ਨਾਰਮਲ ਬਜਟ ਦੇ ਵਿੱਚ ਆ ਨਾਰਮਲ ਰੇਟ ਦੇ ਵਿੱਚ ਆ ਨਾਰਮਲ ਰੇਟ ਯਾਨੀ ਕਿ 3050 ਰੁਪਏ ਦਾ ਨਹੀਂ ਨਹੀਂ ਕੋਈ ਅੱਛਾ ਦਿਖਾਓ ਅਸੀਂ ਵੀ ਰੱਬ ਨੂੰ ਮੂੰਹ ਵਿਖਾਣਾ ਜੇ ਉਹ ਗਰੀਬ ਆ ਤੇ ਉਹਨਾਂ ਨੂੰ ਅਸੀਂ ਮਾੜੇ ਕੱਪੜੇ ਨਹੀਂ ਦੇਵਾਂਗੇ ਰੱਬ ਨੇ ਪਛਾਣ ਹੀ ਲੈਣਾ ਮੂੰਹ ਜੀ ਵੱਡੀ ਜ਼ਾਤ ਇਹ ਦੇਖ ਲਓ ਨਹੀਂ ਨਹੀਂ ਕਫਨ ਦਾ ਕੱਪੜਾ ਨਹੀਂ ਚਾਹੀਦਾ ਤੁਹਾਨੂੰ ਹਾਂਜੀ ਹਾਂਜੀ ਉਹ ਲੈ ਕੇ ਰੱਖ ਲੈਂਦੇ ਚੰਗਾ ਹੁੰਦਾ ਨਹੀਂ ਤੁਸੀਂ ਕੱਪੜੇ ਦਿਖਾਓ ਨਾ ਪਹਿਲੇ ਵਾਲੇ ਕੱਪੜੇ ਪੁੱਤਰ ਕੋ ਕਲਰ ਵਾਲਾ ਕਲਰ ਪਹਿਲੋਂ ਪਿਆ ਹੋਵੇ ਕੱਪੜਾ ਇਹ ਵੇਖੋ ਸਰ ਕਲਰ ਉੱਥੇ ਪਿਆ ਮੈਨੂੰ ਨਜ਼ਰ ਆ ਰਿਹਾ ਸੀ ਕੋ ਅੱਛਾ ਜਿਹਾ ਦਿਖਾਓ ਨਾ ਤੇ ਬਿਲਕੁਲ ਰਾਫ ਆ ਪੁੱਤਰ ਅੱਛਾ ਜਿਹਾ ਇਹਨਾਂ ਦੇ ਹਿਸਾਬ ਨਾਲ ਦਿਖਾਓ ਕਿਹੜਾ ਵਾ ਸੂਟ ਤੇ ਬੰਦਾ ਕੋਈ ਨਹੀਂ ਗਾ ਲੇਕਿਨ ਫੇਰ ਵੀ ਤੁਸੀਂ ਮਾੜੀ ਮੋਟੀ ਇਹ ਵੇਖੋ ਜੀ ਇਹ ਤੁਹਾਡੇ ਕਲਰ ਤੇ ਸੂਟ ਵੀ ਕਰੇਗਾ ਕਿੰਨੀ ਦੇਰ ਤੋਂ ਦੁਕਾਨਦਾਰੀ ਕਰਦੇ ਮੈਂ ਕਹਿ ਰਿਹਾ ਇਹਦੇ ਨਾਲ ਦਾ ਸਰ ਤੁਹਾਡਾ ਦਿਮਾਗ ਕੰਮ ਨਹੀਂ ਕਰ ਰਿਹਾ ਇਹਦੇ ਨਾਲ ਦਾ ਤੁਸੀਂ ਇੱਕ ਮਿੰਟ ਉੱਠ ਕੇ ਇਹਨਾਂ ਨੂੰ ਉਂਗਲ ਲਾ ਦਿਓ ਤਾਂ ਕਿ ਮੈਂ ਹੁਣ ਸਾਰੇ ਪਾਸੇ ਪੌੜੀਆਂ ਲੈਣ ਡਿਆ ਵਾਂ ਇੱਧਰ ਨੂੰ ਵੀ ਮੈਨੂੰ ਪਤਾ ਲੱਗ ਜਾਵੇ ਵੀ ਕਿੱਥੇ ਪੌੜੀ ਮੁੱਕਣੀ ਆ ਮੈਂ ਸਾਰੇ ਗਣਾ ਤੇ ਨੇ ਤੁਹਾਨੂੰ ਆਹ ਨਹੀਂ ਤੁਹਾਨੂੰ ਸਰ ਤੁਸੀਂ ਦੁਕਾਨਦਾਰ ਹੋ
मैं इधर आंदा अच्छा नहीं लगता, तुसी इहदे नाल दा दिखाओ। तुसी ते इत्थे आउंदे वी चंगे नहीं लगदे, लेकिन तुसी आ के बह गए हो। गल इह नहीं है, मैनूं दस्सो वी किहड़ा पसंद आ तुहानूं। इहदे नाल दा लाओ, इहदे नाल आ जिहड़ा सर, इहदे नाल दा इहदे नाल आ वा, आ इहदे नाल दा वा, इह वी नहीं गा सर, इहदे नाल दा प्लीज, मेरे को इन्ना टाइम नहीं है, शॉर्ट टाइम आ, इहदे नाल दा लाओ। ताह जी तुसी काला दे दिओ इहनां दे नाल दा ही, तुसी आहो जिहा इह तुहाडे नाल दा जी, ਇਹ ਉਹਦੇ ਨਾਲ ਦਾ ਵਾ ਤੇ ਉਹ ਜਿਹੜਾ ਮੇਰੇ ਨਾਲ ਦਾ ਵਾ। ਆਪਣੀ ਇਮਾਨਦਾਰੀ ਨਾਲ ਦੱਸਣਾ ਤੁਸੀਂ ਸਾਰੇ ਕਿਹਦੇ ਨਾਲ ਦੇ ਆ? ਅਸੀਂ ਜਿਹੜੇ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਦੇ ਆ। ਫਿਰ ਮੈਂ ਕੱਪੜਾ ਨਾਲ ਦਿਆਂ ਕੋਲ ਲੈ ਲੈਣਾ? ਨਹੀਂ ਨਹੀਂ ਉਹਨਾਂ ਕੋਲ ਹੀ ਲੈਣਾ, ਤੁਸੀਂ ਜਿੱਥੇ ਆ ਗਏ ਹੋ ਤੁਸੀਂ ਪਹਿਲੇ ਇਹਨਾਂ ਕੋਲ ਲੈਣਾ ਵਾ। ਰੰਗ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਹ ਲੈ ਕੇ ਜਾਓ ਜਿਹੜਾ ਕਿਤੇ ਜਾ ਕੇ ਖੋਲੋ ਜਾਂ ਪਾਓ ਤੇ ਤੁਹਾਡੇ ਅੱਛਾ ਲੱਗੇ। ਬਸ ਕੱਪੜਾ ਤੁਹਾਡੇ ਕੋਲ ਹੈ ਹੀ, ਤੁਸੀਂ ਲਿਜਾਣਾ ਕਿੰਨਾ ਕੁ? ਹੁਣ ਦੇਖ ਲਓ ਮੇਰੀ ਫੈਕਟਰੀ ਕਿੰਨੇ ਕੁ ਮਜ਼ਦੂਰ ਕੰਮ ਕਰਦੇ। ਮਜ਼ਦੂਰਾਂ ਵਾਸਤੇ ਲੈ ਕੇ ਜਾਣਾ? ਹਾਂਜੀ ਹਾਂਜੀ। ਅੱਛਾ ਜੀ, ਮਜ਼ਦੂਰਾਂ ਨੂੰ ਇਹਦਾ ਮਤਲਬ ਇੰਨੀ ਸਖਾਵਤ ਕਰ? ਰਹਿਮਦਿਲ, ਰਹਿਮਦਿਲ ਤੁਸੀਂ? ਜੀ ਜੀ। ਮਾਸ਼ਾਅੱਲਾ, ਫਿਰ ਤਾਂ ਰੌਣਕ ਬਹੁਤ ਹੋਣੀ ਚਾਹੀਦੀ ਸੀ। ਬਸ ਉਹ ਆਉਂਦਿਆਂ ਕੋਈ ਥੋੜ੍ਹਾ ਜਿਹਾ ਫਰਕ ਪੈ ਗਿਆ। ਅੱਛਾ, ਕਾਹਤੇ ਆਏ ਹੋ? ਮੈਂ ਗੱਡੀ 'ਚ ਆਇਆ ਜੀ। ਗੱਡੀ ਦੇ ਵਿੱਚ? ਜੀ ਜੀ। ਸ਼ੀਸ਼ੇ ਖੁੱਲ੍ਹੇ ਹੀ ਹੋਣੇ ਫਿਰ? ਨਹੀਂ ਨਹੀਂ, ਸ਼ੀਸ਼ੇ ਮੈਂ ਕਦੇ ਖੋਲ੍ਹਿਆ ਨਹੀਂ। ਅੱਛਾ, ਸ਼ੀਸ਼ੇ ਬੰਦ ਦੇ? ਨਜ਼ਰ ਦਾ ਡਰ ਲੈਂਦਾ ਫਿਰ, ਇਸ ਕਰਕੇ ਨਾ ਬੇਗਮ ਕਹਿੰਦੀ ਤੁਸੀਂ ਸ਼ੀਸ਼ਾ ਨਾ ਖੋਲ੍ਹਿਆ ਕਰੋ। ਅਤੇ ਨਜ਼ਰ ਤੁਹਾਨੂੰ ਮੈਨੂੰ ਲੱਗਦਾ ਕਿਸੇ ਦੀ ਚੰਗੀ ਲੱਗ ਗਈ ਆ ਅਤੇ ਉਹ ਅਸਰ ਵੀ ਕਰ ਗਈ ਤੁਹਾਡੇ 'ਤੇ। ਤੁਸੀਂ ਮੈਨੂੰ ਕਲਰ ਪਸੰਦ ਕਰਕੇ ਦੱਸੋ, ਤੁਸੀਂ ਮਜ਼ਦੂਰਾਂ ਵਾਸਤੇ ਲੈਣ ਡਏ ਹੋ ਤਾਂ ਫਿਰ ਕਿਤੇ ਜਿਹੜਾ ਮਰਜ਼ੀ ਲੈ ਲਓ, ਔਰ ਮਜ਼ਦੂਰ ਤੁਹਾਡੇ ਕੋਲੋਂ ਲੈ ਲੈਣਗੇ ਜਿਸ ਤਰ੍ਹਾਂ ਦੇ ਮੇਰੇ ਬੱਚੇ ਪਾਉਂਦੇ ਹੋ ਵੀ ਇਸ ਤਰ੍ਹਾਂ ਦੇ ਪਾਉਣ। ਅੱਛਾ ਜੀ, ਅੱਛਾ ਜਿਹਾ ਬ੍ਰਾਂਡ ਦਿਖਾਓ, ਇਹ ਕੀ ਤੁਸੀਂ ਦਿਖਾਈ ਜਾ ਰਹੇ ਹੋ? ਪੁੱਤਰ, ਅੱਛਾ ਬ੍ਰਾਂਡ ਕੋਈ ਹੈ ਵਾ? ਮਜ਼ਦੂਰ ਬ੍ਰਾਂਡ ਕੋਈ ਆ ਦਿਖਾ ਦਿਓ ਬਸ, ਠੀਕ ਹੈ। ਹੈਲੋ ਜੀ, ਇਹ ਅੱਛਾ ਬ੍ਰਾਂਡ ਹੈ ਜੀ। ਪੁੱਤਰ, ਜਾ ਕੇ ਇਹਨਾਂ ਦੀ ਬਾਹਰ ਗੱਡੀ 'ਤੇ ਦੇਖ ਕੇ ਆਇਆ ਹੈਗੀ ਆ ਕਿ ਨਹੀਂ? ਇਹ ਦੇਖੋ ਜੀ, ਨਹੀਂ ਬਈ, ਕੱਪੜਾ ਬਸ ਤੁਹਾਡੇ ਕੋਲ ਇਹੀ ਹੈ। ਤੁਸੀਂ ਲੈਣਾ ਕਿਹਦੇ ਵਾਸਤੇ? ਮਜ਼ਦੂਰਾਂ ਵਾਸਤੇ? ਜੀ ਜੀ। ਅਤੇ ਮਜ਼ਦੂਰ ਤੁਹਾਡੇ ਨਾਲ ਇੰਨੀ ਬਹਿਸ ਕਰਦੇ ਆ ਕਿ ਸਾਡੇ ਵਾਸਤੇ ਸੂਟ ਸਹੀ ਨਹੀਂ ਲੈ ਕੇ ਆਏ ਤੁਸੀਂ? ਮੈਂ ਕਹਿ ਰਿਹਾ ਉਹਨਾਂ ਦੇ ਕੱਪੜੇ ਪਾਏ ਅੱਛੇ ਲੱਗਣ, ਉਹਨਾਂ ਨੂੰ ਪਤਾ ਲੱਗੇ ਕਿ ਵਾਕਈ ਇਹ ਬੱਟਾਂ ਦੀ ਗਲਤੀ 'ਚ ਹੈ। ਇਹ ਸੂਟ ਅੱਛਾ ਬੱਟ ਸਾਹਿਬ ਤੁਸੀਂ? ਜੀ ਜੀ। ਅੱਛਾ 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 ਅੱਛਾ, ਮਿੱਲ ਦੇ ਵਿੱਚ ਮਜ਼ਦੂਰ ਕੀ ਕੰਮ ਕਰਦੇ ਸਾਰਾ ਦਿਨ? ਤੁਹਾਨੂੰ ਬੱਟ ਬੱਟ ਕਹਿੰਦੇ ਕਿ ਕੰਮ ਵੀ ਕਰਦੇ ਆ? ਮੈਂ ਪਿਆਰ ਬਹੁਤ ਜ਼ਿਆਦਾ ਕਰਦਾ ਉਹਨਾਂ ਦੇ ਨਾਲ। ਜੀ ਜੀ। ਆਹ ਫਰਕ ਜਿਉਂ ਕੋਈ ਨਹੀਂ ਮਜ਼ਦੂਰਾਂ 'ਚ ਅਤੇ ਤੁਹਾਡੇ 'ਚ, ਅਤੇ ਮਾਸ਼ਾਅੱਲਾ ਇਹ ਲੈ ਜਾਓ ਤੁਸੀਂ, ਇਹ ਬਣੇ ਮਜ਼ਦੂਰਾਂ ਵਾਸਤੇ, ਕਿਉਂਕਿ ਇਹਦੇ ਨਾਲ ਮਿੱਟੀ ਲੱਗੀ ਥੋੜ੍ਹੀ ਥੋੜ੍ਹੀ ਇੱਕ ਸਾਈਡ ਆ ਕੇ, ਮਿੱਟੀ ਵਾਲਾ ਪਾਸਾ ਤੁਸੀਂ ਲਾ ਲਓ ਨਾ। ਅੱਛਾ ਜੀ, ਸਾਫ਼ ਸਾਫ਼ ਸੂਟ ਤੁਹਾਨੂੰ ਦਿੰਦੇ ਹਾਂ, ਕੁਛ ਅੱਛਾ ਜਿਹਾ ਦਿਖਾਓ ਨਾ ਭਾਈ ਜਾਨ। ਮੈਂ ਤੁਹਾਨੂੰ ਸਭ ਤੋਂ ਅੱਛਾ ਦਿਖਾ ਦਿੱਤਾ ਵਾ, ਤੁਸੀਂ ਮਜ਼ਦੂਰਾਂ ਵਾਸਤੇ ਲੈਣਾ ਵਾ ਮਜ਼ਦੂਰ। ਇਹ ਸਾਰੇ ਕੱਪੜੇ ਦੇ ਰੰਗ ਲੱਗੇ ਨੇ ਇੰਨੇ, ਜੇ ਤੁਹਾਨੂੰ ਇਹਨਾਂ ਰੰਗਾਂ 'ਚ ਕੋਈ ਸ਼ਾਇਦ ਪਸੰਦ ਨਹੀਂ ਨਾ ਆਉਣ ਦੀ, ਫਿਰ ਤੁਹਾਡਾ ਤਾਂ ਇਸ ਦੁਨੀਆਂ ਤੋਂ ਚਲੇ ਜਾਣਾ ਬਣਦਾ, ਕਿਉਂਕਿ ਇਸ ਦੁਨੀਆਂ 'ਚ ਅਗਰ ਰਹਿਣਾ ਵਾ ਇਹਨਾਂ 'ਚ ਇੱਕ ਅੱਧਾ ਰੰਗ ਪਸੰਦ ਕਰਨਾ ਪੈਣਾ। ਇਹ ਦੁਨੀਆਂ ਸਿਰਫ ਤੁਹਾਡੀ ਦੁਕਾਨ ਨਹੀਂ, ਸਾਰੀ ਮਾਰਕੀਟ ਭਰੀ ਹੈ, ਮੈਂ ਕਿਤੇ ਹੋਰ ਚਲੇ ਜਾਣਾ? ਨਹੀਂ ਨਹੀਂ ਹੋਰ, ਤੁਸੀਂ ਜਿੱਥੇ ਮਰਜ਼ੀ ਚਲੇ ਜਾਓ, ਤੁਸੀਂ ਦੁਨੀਆਂ ਦੀ ਜਿਹੜੀ ਮਰਜ਼ੀ ਨੁੱਕਰ 'ਤੇ ਚਲੇ ਜਾਓ, ਉਹ 'ਚ ਕਲਰ ਤੁਹਾਨੂੰ ਇਹੀ ਮਿਲਣਗੇ ਜਿਹੜੇ ਸਾਡੇ ਕੋਲ ਨੇ। ਰੰਗ ਤਾਂ ਸਾਰੇ ਰੱਬ ਦੇ ਹੀ ਆ, ਮੈਂ ਅਬਰਾਰੂ ਲੱਕ ਦਾ ਗਾਣਾ ਸੁਣਿਆ ਤੇਰੇ ਰੰਗ ਰੰਗ। ਹਾਂਜੀ ਹਾਂਜੀ, ਰੰਗ ਸਾਰੇ ਰੱਬ ਦੇ ਆ, ਉਹ ਦੁਕਾਨ 'ਤੇ ਤੁਹਾਡੇ ਕੋਲ ਚੰਗੇ ਰੰਗ ਹੈ ਨਹੀਂ, ਲੇਕਿਨ ਉਹ ਅਸੀਂ ਵੀ ਗਾਣਾ ਸੁਣਿਆ ਵਾ, ਲੇਕਿਨ ਤੁਸੀਂ ਉਹ ਰੰਗ ਜਿਹੜਾ ਦਿਲ 'ਤੇ ਲੈ ਗਏ ਹੋ, ਇਸ ਕਰਕੇ ਤੁਸੀਂ ਆਪਣਾ ਰੰਗ ਗਹਿਰਾ ਕਰ ਲਿਆ ਅੱਗੇ ਨਾਲ, ਸੋਚ ਵਿਚਾਰ ਨਾਲ ਹੋ ਜਾਂਦਾ, ਹੋ ਵੀ ਜਾਣਾ, ਹੋਣਾ ਵੀ ਚਾਹੀਦਾ। ਖੈਰ, ਪਸੰਦ ਕੋਈ ਤੁਸੀਂ ਇਹਨਾਂ 'ਚੋਂ ਸ਼ੇਡ ਕੋਈ ਪਸੰਦ ਕਰੋ, ਤੁਹਾਨੂੰ ਲਾ ਕੇ ਦਿਖਾ ਦਿੰਦੇ ਹਾਂ। ਇਹ ਦਿਖਾਓ ਤੇ, ਇਹ ਯਾਰ ਇਹਦੇ ਨਾਲ ਦਾ। ਪੁੱਤਰ, ਇਹਨਾਂ ਨੂੰ ਸੋਟੀ ਦੇ ਤਾਂ ਕਿ ਸਿੱਧਾ ਥਾਨ ਨੂੰ ਲੱਗੇ ਸੋਟੀ, ਤਾਂ ਕਿ ਪਤਾ ਲੱਗੇ ਮੈਨੂੰ ਕੀ ਕਹਿਣ ਡਿਆ। ਆ ਜਿਹੜਾ ਵਾ ਸਰ, ਤੁਹਾਨੂੰ ਦੁਕਾਨਦਾਰੀ ਕਰਦੇ ਆ ਕਿੰਨਾ ਕਰਸਾ ਹੋ ਗਿਆ? ਮੈਨੂੰ ਪਾ ਜਾਣ, ਮੈਨੂੰ ਦੋ ਦਿਨ ਹੋਏ ਨੇ ਤੇ ਮੈਨੂੰ ਨਹੀਂ ਲੱਗਦਾ ਮੈਨੂੰ ਤੀਸਰਾ ਦਿਨ ਹੋਊਗਾ। ਉਹ ਸੂਟ ਲਾਓ, ਇਹ ਮੈਨੂੰ ਹੱਥ ਫੜਾਓ ਆਪਣਾ, ਹੁਣ ਦੱਸੋ ਕਿਹੜਾ ਵਾ? ਇਹਦੇ ਨਾਲ ਦਾ। ਆਹਾ ਸਰ, ਇਹਦੇ ਨਾਲ ਦਾ। ਆਹਾ, ਤੁਸੀਂ ਪਾਗਲ ਹੋ ਜਾਂ ਮੈਨੂੰ ਬਣਾ ਰਹੇ ਹੋ? ਨਹੀਂ ਨਹੀਂ, ਅਸੀਂ ਨਹੀਂ ਪਾਗਲ, ਮੈਨੂੰ ਲੱਗਦਾ ਨਾ ਤੁਸੀਂ ਪਾਗਲ। ਨਾ ਤੁਹਾਡੇ ਕੋਲ ਇੰਨਾ ਕੱਪੜਾ, ਬਹਿਸ ਤੁਸੀਂ ਮੇਰੇ ਨਾਲ ਕਰੀ ਯਾਰ, ਇਹਦੇ ਨਾਲ ਦਾ ਲਾਓ। ਆਹ ਜਿਹੜਾ ਸਰ, ਇਹਦੇ ਨਾਲ ਦਾ। ਤੁਸੀਂ ਨਾ ਇਹ ਤੁਹਾਡੀ ਮਿਹਰਬਾਨੀ, ਉੱਤੇ ਆ ਜਾਓ, ਇਹਨੂੰ ਹੱਥ ਲਾਓ। ਯਾ ਤਾਂ ਹੋਵੇ ਨਾ, ਤੁਹਾਡੇ ਕੋਲ ਬਹੁਤ ਜ਼ਿਆਦਾ ਕੱਪੜੇ ਆ, ਮੈਨੂੰ ਪਸੰਦ ਨਹੀਂ ਆ ਰਹੇ, ਲਿਮਿਟਿਡ ਜਿਹਾ ਤੁਹਾਡਾ ਮਾਹੌਲ ਆ। ਆਹਾ, ਮਜ਼ਦੂਰ ਮੇਰੇ ਕੋਲ ਜ਼ਿਆਦਾ, ਫਿਰ ਉਹ ਕਿਸ ਤਰ੍ਹਾਂ ਮੈਨੇਜਮੈਂਟ ਪੂਰੀ ਨਹੀਂ ਹੋਣੀ? ਮੈਂ ਸਾਰਾ ਕੁਝ ਵੇਚ ਕੇ ਦੁਕਾਨ ਬਣਾਈ ਆ। ਇੱਕ ਦੋ ਬੱਚੇ ਵੀ ਵੇਚ ਲਓ, ਸੌਦਾ ਥੋੜ੍ਹਾ ਜਿਹਾ ਹੋਰ ਪਾ ਲਓ। ਆਹ ਸੌਦਾ ਘੱਟ ਵਾ ਹੈ ਬਹੁਤ, ਉਹ ਮਿਲ ਜਿਹੜੀ ਤੁਹਾਡੀ ਆ ਉਹ ਸ਼ਾਮ ਨੂੰ ਜਿਹੜੀ ਆ ਮਜ਼ਦੂਰ ਢਾ ਜਾਂਦੇ ਆ ਕਿ ਉਸੇ ਤਰ੍ਹਾਂ ਕੰਮ 'ਤੇ ਵਾਪਸ ਚਲੇ ਜਾਂਦੇ ਆ।
ਜਿਹੜੀ ਮਿਲ ਚ ਤੁਸੀਂ ਆਏ ਹੋ ਗਾਰਡ ਮੇਰੇ ਨਾਲ ਆ ਤੁਸੀਂ ਇਸ ਤਰ੍ਹਾਂ ਦੀ ਚੀਪ ਗੁਫ਼ਤਗੂ ਕਰੋਗੇ ਅੱਛਾ ਨਹੀਂ ਲੱਗਦਾ ਗਾਰਡ ਵੀ ਤੁਹਾਡੇ ਨਾਲ ਆ ਹਾਂਜੀ ਹਾਲਾਂਕਿ ਤੁਹਾਨੂੰ ਕਿਸੇ ਨੇ ਕੀ ਕਹਿ ਜਾਣਾ ਤੁਸੀਂ ਗਾਰਡਾਂ ਦੇ ਪੈਸੇ ਕਿਉਂ ਪਾਉਣ ਲਏ ਹੋ ਤੁਸੀਂ ਤੇ ਗਾਰਡਾਂ ਦੇ ਵਿੱਚ ਮੈਨੂੰ ਲੱਗਦਾ ਐਂ ਲੱਗਦਾ ਹੁਣ ਗਾਰਡਾਂ ਸੌਰੀ ਇੱਕ ਮਿੰਟ ਗੱਲ ਸੁਣੋ ਤੁਸੀਂ ਇੰਨੇ ਥਾਨ ਖਲਾਏ ਆ ਜੇ ਕੁਝ ਲੈਣਾ ਨਹੀਂ ਸੀ ਤੇ ਇਹਨਾਂ ਨੂੰ ਖਲਾਉਣ ਦੀ ਕਿਹੜੀ ਲੋੜ ਇਹਨਾਂ ਵਿੱਚੋਂ ਚੂਚੇ ਨਿਕਲ ਗਏ ਫੇਰ ਬੰਦ ਕਰ ਲਓ ਇਹ ਬੰਦ ਕਰਨ ਦੇ ਵਿੱਚ ਮੇਰੀਆਂ ਬਾਹਾਂ ਰਹਿ ਗਈਆਂ ਮੈਂ ਸਵੇਰ ਦੇ ਇੰਨੇ ਬੰਦ ਕੀਤੇ ਨੇ ਕੋਈ ਗਾਹਕ ਨਹੀਂ ਪਸੰਦ ਕਰਦਾ ਗਾਹਕ ਨਹੀਂ ਤੂੰ ਲੈਣ ਨਹੀਂ ਆਏ ਕੱਪੜੇ ਤੁਸੀਂ ਸਰ ਮੇਰੇ ਨਾਲ ਤੁਸੀਂ ਤਲਖ ਲਹਿਜੇ 'ਚ ਗੱਲ ਕਰੋਗੇ ਮੇਰੇ ਬੰਦੇ ਆ ਜਾਣਗੇ ਫਿਰ ਤੇ ਖਲਾਰਾ ਪਾਣਗੇ ਤੁਸੀਂ ਕੀ ਕਰੋਗੇ ਅਸੀਂ ਤੇ ਕੁਛ ਨਹੀਂ ਕਰਾਂਗੇ ਤੁਸੀਂ ਕੀ ਕਰੋਗੇ ਮੈਨੂੰ ਦੱਸੋ ਮੈਂ ਉਹਨੂੰ ਕਹਿ ਦਿਆਂਗਾ ਕਿ ਬਸ ਇਹੀ ਲੋਕ ਨੇ ਇਹਨਾਂ 'ਚ ਪਸੰਦ ਕਰੋ ਸੂਟ ਨਹੀਂ ਸਰ ਕੋਈ ਨਹੀਂ ਇਹ ਥਾਨ ਖਲਾਏ ਨੇ ਸਾਡੇ ਕੋਲ ਆ ਤੁਹਾਨੂੰ ਨਾਲ ਦਾ ਜਿਹੜਾ ਕਹਿਣ ਡਏ ਸੀ ਉਹਦੀ ਵਜ੍ਹਾ ਨਾਲ ਤੁਸੀਂ ਸਾਰਾ ਨਾਲ ਦਾ ਕਰਕੇ ਤੁਸੀਂ ਸਾਰੇ ਥਾਂ ਦੇਖ ਲਏ ਆ ਇਹਨਾਂ ਨੂੰ ਕੋਈ ਪਸੰਦ ਆਹ ਸਰ ਦੇ ਨਾਲ ਦਾ ਤੁਸੀਂ ਇਹਨਾਂ 'ਚ ਪਸੰਦ ਕਰੋ ਕਿਉਂਕਿ ਉਦੋਂ ਤੁਹਾਨੂੰ ਨਹੀਂ ਪਤਾ ਲੱਗਦਾ ਤੁਸੀਂ ਕੀ ਕਹਿਣ ਡਏ ਇਹਨਾਂ 'ਚ ਪਸੰਦ ਕਰ ਲਓ ਜਿਹੜਾ ਪਿਆ ਵਾ ਥੱਲੇ ਤੁਸੀਂ ਇਸ ਕੱਪੜੇ ਨੂੰ ਥੋੜ੍ਹਾ ਜਿਹਾ ਕੱਟ ਕੇ ਫਰੇਮ ਬਣਾ ਕੇ ਗਲ 'ਚ ਪਾ ਕੇ ਮਾਰਕੀਟ ਫਿਰੋ ਉਹਨਾਂ ਕੋਲ ਸਿਰਫ ਸਾਡੇ ਕੋਲ ਆ ਹੀ ਆ ਤਾਂ ਕਿ ਕਸਟਮਰ ਨੂੰ ਪਤਾ ਲੱਗ ਜਾਏ ਬਹੁਤ ਮਾੜੇ ਲੋਕ ਆ ਕੋਈ ਸਾਡੇ ਵਰਗਾ ਕਸਟਮਰ ਆ ਗਿਆ ਤੁਹਾਡੇ ਕੋਲ ਸੌਦਾ ਨਾ ਹੋਵੇ ਤਾਂ ਅੱਛੀ ਗੱਲ ਨਹੀਂ ਤੁਸੀਂ ਕਸਟਮਰ ਜੀ ਤੁਸੀਂ ਕਸਟਮਰ ਤਾਂ ਹੋਗੇ ਨਾ ਜੇ ਸਾਡੇ ਕੋਲ ਕੋਈ ਸ਼ੈ ਲਾਓਗੇ ਜਦੋਂ ਕੋਈ ਸਾਡੇ ਜਦੋਂ ਤੁਹਾਡੇ ਕੋਲ ਸ਼ੈ ਹੋਏਗੀ ਤਾਂ ਲਵਾਂਗਾ ਆ ਸਾਡੇ ਕੋਲ ਸ਼ੈ ਨਹੀਂ ਅਸੀਂ ਅਖਬਾਰਾਂ ਰੱਖੀਆਂ ਇੱਥੇ ਆ ਕੱਪੜੇ ਜਿਹੜੇ ਪਏ ਨੇ ਇਹਨੇ ਇਸੇ ਕੰਮ ਨੂੰ ਰੱਖੇ ਨੇ ਅਸੀਂ ਮੇਰੇ ਸਾਥ ਜ਼ਿਆਦਾ ਜ਼ੁਬਾਨ ਦਰਾਜ਼ ਨਹੀਂ ਹੋਣਾ ਆਪ ਲੋਕੋ ਨੇ ਅਸੀਂ ਫਿਰ ਕਿਹਦੇ ਨਾਲ ਹੋਣਾ ਅਸੀਂ ਕਿਸੇ ਨਾਲ ਵੀ ਨਹੀਂ ਹੋਣਾ ਅਸੀਂ ਇੰਨੇ ਵੱਡੇ ਪੈਸੇ ਲਾ ਕੇ ਵੀ ਕਿਸੇ ਨਾਲ ਦੁਬਾਨ ਦਰਾਜ਼ ਨਹੀਂ ਹੋਣਾ ਅਸੀਂ ਕੀ ਹੋਣਾ ਵਾ ਅਸੀਂ ਕੌਣ ਅਸੀਂ ਇੰਨੇ ਵੱਡੇ ਪੈਸੇ ਪਾ ਕੇ ਅਸੀਂ ਦੁਕਾਨ ਦੇ ਵਿੱਚ ਬੈਠੇ ਹਾਂ ਅਸੀਂ ਕੌਣ ਮੈਨੂੰ ਮਾਲੂਮ ਨਹੀਂ ਹੈ ਮੈਨੂੰ ਕੀ ਪਤਾ ਕੌਣ ਲੋਗੋ ਤੁਮ ਉਦੋਂ ਤੂੰ ਆਇਆ ਪੰਜਾਬੀ ਬੋਲੀ ਜਾਣਾ ਹੁਣ ਜਾਣ ਲੱਗਾ ਉਰਦੂ ਬੋਲਣ ਡਿਆ ਇਹਦੇ ਨਾਲ ਤੈਨੂੰ ਅਸੀਂ ਸੱਚਾ ਸਮਝ ਲਵਾਂਗੇ ਪੰਜਾਬੀ ਮੈਨੂੰ ਬਹੁਤ ਕੰਮ ਆਤੀ ਹੈ ਤੈਨੂੰ ਪੰਜਾਬੀ ਵੀ ਸਹੀ ਨਹੀਂ ਆਉਂਦੀ ਤੈਨੂੰ ਉਰਦੂ ਵੀ ਸਹੀ ਨਹੀਂ ਆਉਂਦੀ ਨਾ ਤੈਨੂੰ ਕੁਛ ਆ ਲੈਣੀ ਆਉਂਦੀ ਆ ਵੀ ਸੂਟ ਇੰਨੇ ਵਾਰ ਖਿਲਾ ਲਿਆ ਵੀ ਜੇ ਤੈਨੂੰ ਨਹੀਂ ਪਸੰਦ ਤੂੰ ਪਹਿਲੇ 'ਚ ਕਹਿ ਦੇ ਮੈਨੂੰ ਨਹੀਂ ਪਸੰਦ ਇਹ ਕੱਪੜੇ ਕੌਣ ਲਏਗਾ ਜੇ ਤੂੰ ਤਾਂ ਨਹੀਂ ਲੈਂਦਾ ਮੈਨੂੰ ਲੱਗਦਾ ਤੂੰ ਤਾਂ ਨਹੀਂ ਲੈਂਦਾ ਹੈ ਦਿਖਾਓ ਇਹ ਨਾ ਦਿਖਾਈ ਇਹਨੂੰ ਨਾ ਦਿਖਾਈ ਆਪ ਹੀ ਕੱਢ ਲਾ ਵਿੱਚੋਂ ਜਾ ਕੇ ਆਪ ਹੀ ਕੱਢ ਫਿਰ ਆਪ ਉਸਕੇ ਪੈਸੇ ਮੰਗੋਗੇ ਨਹੀਂ ਨਹੀਂ ਉਹਦੇ ਕਾਹਦੇ ਪੈਸੇ ਜੇ ਤੈਨੂੰ ਪਸੰਦ ਆ ਤਾਂ ਕੱਢ ਲਾ ਆਪ ਤੂੰ ਅੱਗੋਂ ਤੋੜ ਦਿੰਦਾ ਬੰਦੇ ਨੂੰ ਵੀ ਇਹਦੇ ਨਾਲ ਦਾ ਇਹਦੇ ਨਾਲ ਦਾ ਇਹਦੇ ਨਾਲ ਦਾ ਇੰਨੀਆਂ ਛਾਵਾਂ ਨਾਲ ਦੀਆਂ ਹੁੰਦੀਆਂ ਮੇਰੇ ਲੜਕੇ ਆ ਜਾਏਗੇ ਫਿਰ ਆਪਕੋ ਪਰੇਸ਼ਾਨ ਕਰੇਗੇ ਲੜਕੇ ਤੁਹਾਡੇ ਆ ਜਾਣਗੇ ਕਿਤੇ ਪਸੰਦ ਕਰਨਾ ਨਹੀਂ ਤਾਂ ਫਿਰ ਤੂੰ ਕੱਲ੍ਹ ਹੀ ਦਾਨ ਖਲਾਈ ਜਾਣ ਡਿਆ ਮੈਨੂੰ ਤੇਰੇ ਨੈਣ ਨਕਸ਼ਾਂ ਤੋਂ ਹਿਸਾਬ ਲੱਗ ਗਿਆ ਸੀ ਵੀ ਤੂੰ ਕੋਈ ਸ਼ੈ ਨਹੀਂ ਲੈਣੀ ਮੇਰੇ ਤੋਂ ਏਡਾ ਤੂੰ ਨੈਣ ਨਕਸ਼ਾਂ ਦੇ ਪ੍ਰਚਾਰ ਕਰਨ ਵਾਲਾ ਤਮਾਸ਼ਬੀਨ ਦੁਕਾਨਦਾਰ ਬਣ ਤੇਰਾ ਮੂੰਹ ਹੀ ਨਹੀਂ ਹੈ ਵੀ ਕੱਪੜਾ ਲੈਣ ਵਾਲਾ ਉਹ ਨੈਣ ਨਕਸ਼ੀ ਹੋਰ ਹੁੰਦੇ ਜਿਹੜੇ ਕੱਪੜਾ ਲੈਣ ਆਉਂਦੇ ਉਹ ਕਿਹੜੇ ਆ ਜੀ ਨੈਣ ਨਕਸ਼ ਉਹ ਹੋਰ ਹੁੰਦੇ ਆ ਉਹ ਆ ਨਹੀਂ ਹੈ ਲੇਕਿਨ ਇਹ ਮੈਨੂੰ ਕਨਫਰਮ ਹੋ ਗਿਆ ਕਿ ਆ ਨਹੀਂ ਉਹ ਨੈਣ ਨਕਸ਼ ਅਗਰ ਮੈਂ ਇੱਥੇ ਬਾਹਰ ਬਹਿ ਜਾਣਾ ਗੱਡੀ 'ਚ ਕੋਈ ਨੈਣ ਨਕਸ਼ ਵਾਲਾ ਬੰਦਾ ਆਏ ਨਾ ਉਹ ਮੇਰੇ ਹਿਸਾਬ ਨਾਲ ਫਿਰ ਕੱਪੜੇ ਲੈ ਜਾਏਗਾ ਤੂੰ ਗੱਡੀ 'ਚ ਬੈਠਾ ਹੋਵੇ ਨਾ ਤੇਰਾ ਸ਼ੀਸ਼ਾ ਮਾੜਾ ਜਿਹਾ ਵੀ ਥੱਲੇ ਹੋਇਆ ਤੂੰ ਲੋਕਾਂ ਨੂੰ 10-10 ਰੁਪਏ ਸੁੱਟਣ ਲੱਗ ਜਾਣੇ ਸਾਰੀ ਮਾਰਕੀਟ ਨੇ ਤੇ ਲੈਣ ਦੇਣ ਹੈ ਮੇਰਾ ਤੇਰਾ ਸਿਰਫ ਲੈਣ ਲੈਣਾ ਦੇਣ ਕਿਸੇ ਨਾਲ ਨਹੀਂ ਹੈ ਸਾਰੇ ਥਾਨ ਖਿਲਾ ਕੇ ਸੂਟ ਤੈਨੂੰ ਪਸੰਦ ਨਹੀਂ ਆਉਂਦਾ ਤੇਰੇ ਜਿੱਦਾਂ ਦੇ ਨੈਣ ਨਕਸ਼ ਆ ਤੂੰ ਤਾਂ ਜੋ ਮਰਜ਼ੀ ਲੈ ਕੇ ਪਾ ਲਾ ਤੈਨੂੰ ਤਾਂ ਨਾ ਕਰਨੀ ਨਹੀਂ ਚਾਹੀਦੀ ਕਿਸੇ ਸ਼ੈ ਨੂੰ ਬਹੁਤ ਤੇਜ਼ ਜ਼ੁਬਾਨ ਦਰਾਜ਼ ਹੋ ਤੁਮ ਤੇਰਾ ਤੇਜ਼ ਰੰਗ ਆ ਅਸੀਂ ਤੈਨੂੰ ਕਿਹਾ ਕੁਛ ਸਾਡੀ ਤਾਂ ਕੱਲੀ ਜ਼ੁਬਾਨ ਤੇਜ਼ ਆ ਅੱਛਾ ਚੋਰੀ ਹਰਕਤ ਕਰਨ ਸੇ ਤੁਮ ਬਹੁਤ ਬੜੇ ਦੁਕਾਨਦਾਰ ਬਣ ਜਾਓਗੇ ਉਹ ਤਾਂ ਕਰੀਮ ਕਲੋ ਦੇ ਥਾਨ ਜਿੰਨੇ ਵੀ ਇਹਦੇ ਪਰੇ ਕਰ ਲਓ ਇਹਨੇ ਮਲੇਸ਼ੀਆ ਦੇ ਕਰ ਜਾਣੇ ਸਾਰੇ ਆ ਗਹਿਰੇ ਰੰਗ ਦੇ ਥਾਨ ਜਿਹੜੇ ਇਹਨਾਂ ਇਹਨਾਂ ਤੋਂ ਇਲਾਵਾ ਪੁੱਤ ਕਿਸੇ ਕੱਪੜੇ ਨੂੰ ਹੱਥ ਨਹੀਂ ਲਾਉਣਾ ਤੂੰ ਆ ਗਿਆ ਸੂਟ ਲੈਣ ਆਪ ਲੋਕ ਦੁਕਾਨਦਾਰੀ ਨਹੀਂ ਕਰ ਸਕਦੇ ਤਮੀਜ਼ ਨਹੀਂ ਹੈ ਤੁਮ ਲੋਕੋ ਕੋ ਉਹ ਤਮੀਜ਼ ਸਾਨੂੰ ਨਹੀਂ ਉਹ ਤੈਨੂੰ ਨਹੀਂ ਤਮੀਜ਼ ਕਿੱਡੀ ਸਾਫ਼ ਸੁਥਰੀ ਦੁਕਾਨ ਦੇ ਵਿੱਚ ਏਡਾ ਦਾ ਮੂੰਹ ਲੈ ਕੇ ਵੜ ਗਏ ਇਹ ਸਾਫ਼ ਸੁਥਰੀ ਹੈ ਆਹ ਕੌਣ ਕਹਤਾ ਹੈ ਆ ਤੈਨੂੰ ਸਾਫ਼ ਸੁਥਰੀ ਨਹੀਂ ਲੱਗਦੀ ਇਨਸਾਨ ਬਣੋ ਤੇਰੀ ਮਿਹਰਬਾਨੀ ਚੁੱਪ ਕਰਕੇ ਰਿਗਲ ਸਨਮੇ ਦੇ ਕੋਲ ਚਲੇ ਜਾ ਤੇਰੇ ਉੱਥੋਂ ਨਾਪ ਦੇ ਵੀ ਸੂਟ ਲੱਭ ਜਾਣੇ ਮਾੜੇ ਮੋਟੇ ਉਹਦੇ ਸਿਲਾਈ ਲੱਗਣ ਵਾਲੀ ਹੋਣੀ ਆ ਤੈਨੂੰ ਬਹੁਤ ਸੋਹਣਾ ਤੇਰਾ ਉੱਥੋਂ ਸਰ ਜਾਣਾ ਜਾ ਚਲੇ ਜਾ ਉੱਥੇ ਪਤਾ ਨਹੀਂ ਕਿਨ ਲੋਕਾਂ ਨੇ ਤੁਹਾਨੂੰ ਬਣਾ ਦਿਆ ਦੁਕਾਨਦਾਰ ਇਹ ਨਾ ਨੈਣ ਨਕਸ਼ਾ ਨੇ ਦੇਖ ਫਰੀ ਜਾਣ ਡਿਆ ਮਾਰਕੀਟ ਦੇ ਵਿੱਚ ਲੈ ਪੁੱਤਰ ਸਾਰੇ ਥਾਨ ਲਵੇਟ ਕੇ ਵਾਪਸ ਕਰਕੇ ਆਓ ਅੱਜ ਤੋਂ ਇਹ ਦੁਕਾਨ ਬੰਦ ਹੋਏਗੀ ਮੈਂ ਜਾ ਕੇ ਆਪਣਾ ਮਕਾਨ ਵਾਪਸ ਲਵਾਂਗਾ ਮੈਂ ਇੱਕ ਮਰਲਾ ਕੱਟ ਲੈ ਲਵਾਂਗਾ ਲੇਕਿਨ ਮੈਂ ਉਹੀ ਮਕਾਨ ਲਵਾਂਗਾ ਸਾਜੀ ਅਸੀਂ ਕਾਰੋਬਾਰ ਕਰਨਾ ਸਾਜੀ ਨਹੀਂ ਜਾਣਾ ਉਹ ਤਾਂ ਕਾਰੋਬਾਰ ਨੇ ਤਾਂ ਮੈਨੂੰ ਪਾਗਲ ਕਰ ਦੇਣਾ ਕੁਝ ਨਹੀਂ ਹੋਇਆ ਆਪਣਾ ਮਕਾਨ ਸੀ ਮੈਂ ਜਦੋਂ ਗਬਕੀਨ ਹੁੰਦਾ ਸੀ ਆਪਣੀ ਬੈਠਕ ਦੇ ਵਿੱਚ ਗਾਣੇ ਲਾ ਕੇ ਬਹਿ ਜਾਂਦਾ ਸੀ ਅੱਜ ਪਹਿਲਾ ਦਿਨ ਨਾ ਕੋਈ ਨਹੀਂ ਸਬਰ ਰੱਖੋ ਕੁਝ ਇੱਥੇ ਸਾਰੀ ਜ਼ਿੰਦਗੀ ਵੀ ਨਾਲ ਹੀ ਮੈਂ ਤੋਂ ਕਿਸੇ ਨੂੰ ਕੋਈ ਸ਼ਾਇ ਪਸੰਦ ਨਹੀਂ ਆਉਣੀ ਚੰਗਾ ਇਹ ਲਵੇਟ ਕੇ ਬਸ ਆ ਜਾਓ ਤੁਸੀਂ ਵੀ ਸਾਜੀ ਤਰਾਓ